ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੀ ਹਾਲ ਹੈ ਜੀ ਸਾਰੇ ਵੀਰਾਂ ਦੇ ਸਭ ਤੋਂ ਪਹਿਲਾਂ ਤਾਂ ਚੈਨਲ ਦਾ WhatsApp ਨੰਬਰ ਕਰੋ ਜੀ ਨੋਟਸ ਸਕਰੀਨ ਤੇ ਆ ਵੀਰੇ ਜੇ ਕਿਸੇ ਵੀ ਨੇ ਕੋਠੀ ਦੀ ਮਕਾਨ ਦੀ ਗੱਡੀ ਦੀ ਮਸ਼ੀਨਰੀ ਦੀ ਐਡ ਕਰਾਉਣੀ ਹੈ ਜੀ ਵੇਚਣ ਵਾਸਤੇ ਤਾਂ ਮੇਰੇ ਜਿਹੜਾ ਨੰਬਰ ਆਪਣਾ ਸਕਰੀਨ ਤੇ ਆ ਜੀ ਇਸ ਨੰਬਰ ਤੇ ਪੰਜ ਤੋਂ ਸੱਤ ਫੋਟੋਆਂ ਜੀ ਤੇ ਦੋ ਤਿੰਨ ਮਿੰਟ ਦੀ ਵੀਡੀਓ ਬਾਕੀ ਦੀ ਜਾਣਕਾਰੀ ਜਿੰਨੇ ਵੀ ਹੁੰਦੀ ਆਪਣੇ ਨੰਬਰ ਤੇ ਭੇਜ ਦਿਓ ਕਰੋ ਐਡ ਤੁਹਾਡੀ ਲੱਗ ਚੁੱਕੀ ਇੱਕ ਬੇਨਤੀ ਹੈ ਜਦੋਂ ਆਪਣੇ ਕੋਲ ਕੋਈ ਵੀ ਗੱਡੀ ਮਸ਼ੀਨਰੀ ਕੁਝ ਵੀ ਭੇਜ ਦਿਓ ਜਿਹੜਾ ਉਹਦਾ ਰੇਟ ਆਫ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਭੇਜ ਦਿਓ ਕਰੋ ਅੱਗੇ ਆਪਾਂ ਕਰਦੇ ਹਾਂ ਜੀ ਗੱਡੀਆਂ ਦੀ ਗੱਲ ਆਪਣੇ ਕੋਲ ਸਭ ਤੋਂ ਪਹਿਲੀ ਗੱਡੀ ਮਹਿੰਦਰਾ ਬਲੇਰੋ ਪਹੁੰਚੀ ਹੈ ਜੀ 2013 ਮਾਡਲ ਗੱਡੀ ਹੈ ਜੀ ਤੇ 92000 ਕਿਲੋਮੀਟਰ ਗੱਡੀ ਚੱਲੀ ਹੈ ਨਵੇਂ ਟਾਇਰਾਂ ਚ ਨਵੇਂ ਅਲਾਈ ਵੀਲ ਨੇ ਤੇ ਜਰੂਨ ਕੰਡੀਸ਼ਨ ਦੀ ਸਾਰੀ ਗੱਡੀ ਹੈ ਜੀ 435 ਡਿਮਾਂਡ ਹੈ ਹੁਸ਼ਿਆਰਪੁਰ ਤੋਂ ਆਪਣੇ ਕੋਲ ਗੱਡੀ ਪਹੁੰਚੀ ਆ ਕਾਗਜ਼ ਪੱਤਰ A to Z ਕੰਪਲੀਟ ਨੇ ਸੈਂਟਰ ਲੋਕ ਹੈ ਜੀ ਸਾਰੀ ਗੱਡੀ ਪਾਵਰ ਹੈ ਜੀ ਕੋਈ ਸਿੰਗਲ ਸਕ੍ਰੈਚ ਨਹੀਂ ਨਾ ਕੋਈ ਰੰਗ ਪੈਂਟ ਹੋਈ ਹੈ ਨਵੇਂ ਟਾਇਰਾਂ ਚ ਮਾਲਕ ਦਾ ਨੰਬਰ ਸਕਰੀਨ ਤੇ ਜੀ ਨੋਟ ਕਰ ਲਓ ਨੰਬਰ ਹੈ ਜੀ 98100 41 67 233 ਨਸਟ ਆਪਣੇ ਕੋਲੇ ਗੱਡੀ ਪਹੁੰਚੀ ਹੈ ਜੀ i20 ਜੀ i20 ਗੱਡੀ ਹੈ ਜੀ 2013 ਮਾਡਲ ਜੀ ਪਹਿਲੇ ਨਾਮ ਗੱਡੀ ਆ 360 ਡਿਮਾਂਡ ਰੱਖਿਆ ਮਾਲਕ ਨੇ ਤੇ ਸੰਗਰੂਰ ਤੋਂ ਆਪਣੇ ਕੋਲੇ ਗੱਡੀ ਪਹੁੰਚੀ ਹੈ ਤੇ 9095 ਪੈਸੇ ਟਾਰਾਂ ਦੀ ਕੰਡੀਸ਼ਨ ਹੈ ਜੀ ਤੇ ਵਧੀਆ ਸੀਟ ਕਵਰ ਨੇ ਵਧੀਆ AC ਹੈ ਟਾਰ ਮਿਊਜ਼ਿਕ ਸਿਸਟਮ ਵਧੀਆ ਜੀ ਕਿਸੇ ਪਾਸੋਂ ਕੋਈ ਡੈਮੇਜ ਨਹੀਂ ਘਰ ਦੀ ਗੱਡੀ ਹੈ ਜੀ ਤੇ ਜਿੰਨੀ ਚੱਲੀ ਹੈ ਘਰ ਲਈ ਚੱਲੀ ਹੈ ਜੀ ਇੱਕ ਕੱਟ ਗੱਡੀ ਚੱਲੀ ਹੈ ਜੀ ਸੰਗਰੂਰ ਖੜੀ ਹੈ 360 ਡਮਾਂਡ ਕਾਗਜ਼ ਪੱਤਰ ਹੈਗੇ ਜੀ ਤੇ ਵਧੀਆ ਰੰਗ ਪੈਂਟ ਹੈ ਤੇ ਵਧੀਆ ਗੱਡੀ ਹੈ ਚੀ ਤੇ ਮਾਲਕ ਦਾ ਨੰਬਰ ਸਕਰੀਨ ਤੇ ਜੀ ਨੋਟ ਕਰ ਲੂ ਨੰਬਰ ਹੈ ਜੀ 99888 97898 ਤੇ ਨਸ਼ਟ ਆਪਣੇ ਕੋਲੇ ਗੱਡੀ ਪਹੁੰਚਿਆ ਜੀ ਟੋਟਾ ਫੋਰਚਨਰ 13 ਮਾਡਲ ਗੱਡੀ ਹੈ ਬ੍ਰਿੰਗ 175 ਕਿਲੋਮੀਟਰ ਗੱਡੀ ਚੱਲੀ ਹੈ ਜੀ ਤੇ 1275 ਡਮਾਂਡ ਹੈ ਜੀ 1275 ਡਮਾਂਡ ਹੈ ਨਵੇਂ 12 ਚੰਗ ਤੇ ਅਲਾਈ ਵੀ ਲੱਗੇ ਨੇ ਰੰਗ ਭਣ ਜੈਨੂਮਨ ਅਜੀ ਤੇ ਘਰ ਦੀ ਗੱਡੀ ਹੋ ਜੀ ਤੇ ਲੋਡ ਕਰਕੇ ਵਿਕਾਉਗਾ ਮਾਲਕ ਨੇ ਕਿਹਾ ਜੀ ਥੋੜੀ ਜਲਦੀ ਵੇਚਣੀ ਹੈ ਲੋਡ ਕਰਕੇ ਵਿਕਾਉਗਾ ਜੀ 1275 ਡਿਮਾਂਡ ਹੈ ਏਸੀ ਹੀਟਰ ਵਰਕਿੰਗ ਚ ਕਿਸੇ ਪਾਸੋਂ ਕੋਈ ਕਮੀ ਪੇਸ਼ੀ ਨਹੀਂ A to Z ਸਾਰੀ ਗੱਡੀ ਦੀ ਕੰਡੀਸ਼ਨ A ਵਰਨ ਚ 1275 ਡਿਮਾਂਡ ਹੈ ਬਾਕੀ ਮਾਲਕ ਵੀਰ ਕਹਿੰਦੇ ਸੀਗੇ ਬੈਠ ਕੇ ਕਰ ਲਾਂਗੇ ਬਾਕੀ ਕਾਗਜ਼ ਪੱਤਰ ਹੈਗੇ ਜੀ A to Z ਕੰਪਲੀਟ ਤੇ ਮਾਲਕ ਦਾ ਨੰਬਰ ਸਕਰੀਨ ਤੇ ਜੀ ਨੋਟ ਕਰ ਲਓ ਨੰਬਰ ਹੈ ਜੀ 88470 069 32 ਤੇ ਨਾਲ ਨੂੰ ਉਸ ਨੰਬਰ ਤੇ ਫੋਨ ਕਰਕੇ ਜਾ ਕੇ ਦੇਖ ਕੇ ਤੇ ਡੀਲ ਗੱਡੀ ਦੀ ਕਰ ਸਕ ਦੋ ਜੀ ਤੇ ਇੱਕ ਵਾਰੀ ਫਿਰ ਤੋਂ ਕਹਿੰਦਾ ਜੀ ਸਾਰੇ ਵੀਰਾਂ ਨੂੰ ਜਦੋਂ ਵੀਰੇ ਆਪਣੇ ਕੋਲੇ ਕੋਈ ਵੀ ਗੱਡੀ ਮਸ਼ੀਨਰੀ ਕੁਝ ਵੀ ਭੇਜ ਦਿਓ ਜੀ ਐਡ ਕਰਾਉਣ ਵਾਸਤੇ ਜਿਹੜਾ ਉਹਦਾ ਰੇਟ ਆ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਭੇਜ ਕਰੋ ਜਿਆਦਾ ਰੇਟ ਲਾ ਕੇ ਨਾ ਭੇਜ ਕਰੋ ਉਸ ਚੀਜ਼ ਦਾ ਵੀਰੇ ਕੋਈ ਫਾਇਦਾ ਨਹੀਂ ਹੁੰਦਾ ਜੀ ਤੇ ਜਿੰਨੇ ਵੀਰੇ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਨੇ ਇਸ ਤਰ੍ਹਾਂ ਦੀ ਆਪਣੇ ਚੈਨਲ ਤੇ ਤੁਸੀਂ ਹਾਂ ਰੋਜ਼ ਵੀਡੀਓ ਦੇਖਣਾ ਪਸੰਦ ਕਰ ਦੋ ਜੀ ਤਾਂ ਥੱਲੇ ਇੱਕ ਰੈੱਡ ਕਲਰ ਦਾ ਬਟਨ ਹੋਊ ਜਿੱਤੇ ਸਬਸਕ੍ਰਾਈਬ ਲਿਖਿਆ ਉਹਨੂੰ ਕਲਿੱਕ ਕਰ ਦਿਓ ਜੀ ਤੇ ਨਾਲ ਇੱਕ ਬੈਲ ਆਈਕਨ ਹੈ ਜੀ ਉਹਨੂੰ ਆਲਟ ਸੈਟ ਕਰਕੇ ਕਲਿੱਕ ਕਰ ਦਿਓ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲੇ ਪਹੁੰਚ ਸਕੇ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਪੋਰਟ ਕਰਿਆ ਕਰੋ ਜੀ ਤੁਹਾਡੇ ਕਰਕੇ ਆਪਣਾ ਚੈਨਲ ਹੈ ਜੀ ਤੇ ਅੱਗੇ ਆਪਾਂ ਹੁਣ ਕਰਦਾਂ ਸਵਿਫਟ ਗੱਡੀ ਦੀ ਗੱਲ ਐਲਡੀਆਈ ਡੀਜ਼ਲ ਤੇ ਗੱਡੀ ਐ ਅੱਠ ਮਾਡਲ ਗੱਡੀ ਐ ਜੀ 2 ਲੱਖ ਦੀ ਡਿਮਾਂਡ ਚ 70-75 ਪੈਸੇ ਟਾਰ ਨਹੀਂ ਰੰਗ ਪਣ ਵਧੀਆ ਜੀ ਪੀਵੀ ਨੰਬਰ ਗੱਡੀ ਐ ਰੈੱਡ ਕਲਰ ਚਾ ਇੰਜਨ ਏਸੀ ਹੀਟਰ ਵਧੀਆ ਜੀ ਕਾਗਜ਼ ਪੱਤਰ ਹੈਗੇ ਆ ਜੀ ਤੇ ਮਾਲਕ ਦਾ ਨੰਬਰ ਸਕਰੀਨ ਤੇ ਜੀ ਨੋਟ ਕਰ ਲਉ 76963 4885 ਤੇ ਨੈਸਟ ਗੱਡੀ ਆਪਣੇ ਕੋਲੇ ਵੈਗਨਰ ਪਹੁੰਚੀ ਆ ਜੀ ਵੈਗਨਰ ਗੱਡੀ ਆ ਜੀ 2009 ਮਾਡਲ ਪੰਜਾਬ ਨੰਬਰ ਵਾਈਟ ਕਲਰ ਚ 95000 ਦੀ ਡਿਮਾਂਡ ਚ ਏਸੀ ਹੀਟਰ ਵਰਕਿੰਗ ਚ ਪੈਟਰੋਲ ਤੇ ਗੱਡੀ ਆ ਐਲਐਕਐਸਆਈ ਮਾਡਲ ਹੈ ਜੀ ਜਲਾਲਾਬਾਦ ਗੱਡੀ ਹੈ ਗੱਡੀ 7075 ਰੁਪਏ ਢਾਰਾਂ ਦੀ ਕੰਡੀਸ਼ਨ ਹੈ ਜੀ ਗੱਡੀ ਵਧੀਆ ਰੰਗ ਪਣ ਵਧੀਆ ਜੀ ਇੰਜਨ ਗੇਅਰ ਵੱਲੋਂ ਕੋਈ ਕਮੀ ਨਹੀਂ ਤੇ ਬਾਕੀ ਗੱਡੀ ਦੀ ਕੰਡੀਸ਼ਨ ਵੀ ਵਧੀਆ ਚੀ ਤੇ ਮਾਲਕ ਦਾ ਨੰਬਰ ਸਕਰੀਨ ਤੇ ਜੀ ਨੋਟ ਕਰ ਲਓ 87280 23002 ਇਹਨਾਂ ਨੂੰ ਇਸ ਨੰਬਰ ਤੇ ਫੋਨ ਕਰਕੇ ਜਾ ਕੇ ਦੇਖ ਕੇ ਡੀਲ ਕਰ ਸਕਦਾ ਹਾਂ ਜੀ ਬਾਕੀ ਅੱਜ ਲਈ ਇਹਨੇ ਜੀ ਅੱਜ ਦੀ ਵੀਡੀਓ ਤੇ ਗੱਡੀਆਂ ਮਸ਼ੀਨਰੀਆਂ ਕਿਵੇਂ ਦੀਆਂ ਲੱਗੀਆਂ ਜਰੂਰ ਦੱਸੋ ਜੀ ਕਮੈਂਟ ਕਰਕੇ ਬਾਕੀ ਮਿਲਦੇ ਹਾਂ ਜੀ ਜਲਦੀ ਇਸ ਤਰ੍ਹਾਂ ਦੀ ਇੱਕ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਗੱਡੀਆਂ ਮਸ਼ੀਨਰੀਆਂ ਦੇ ਨਾਲ ਜੀ ਜੁੜੇ ਰਹੋ ਜੀ ਆਪਣੇ ਚੈਨਲ ਦੇ ਨਾਲ ਖੁਸ਼ ਰਹੋ ਜੀ ਪਰਿਵਾਰਚ ਰਹੋ ਮਿਲਦੇ ਹਾਂ ਜੀ ਜਲਦੀ